पर उन्हां दा जज भी अपना निकल आया जिन्हें मेरा पुत्र नूं इन्नियां सजावां दियां जिन्हों 10 साल होई उह वी नहीं जे छुट्टण दिया ने नाल मेरी दा पुत्र ਇਹ ਵੀ ਭੁਗਤਣ ਡਏ ਨੇ ਕਿੰਨੇ ਸਾਲ ਤੋਂ ਨੇ ਜੇਲ੍ਹ 'ਚ9 ਸਾਲ ਲੱਗ ਗਏ ਦੂਸਰੀ ਸੀ 5ਵਾਂ ਮਹੀਨਾ ਸੀ ਅਤੇ 15-16 ਤਰੀਕ ਸੀ 2010 ਹਾਂਜੀ ਅੱਛਾ ਉਸ ਮੌਕੇ ਤੋਂ ਬਾਅਦ ਜੇਲ੍ਹ 'ਚ ਨੇ ਕਿੰਨੇ ਅਰਸੇ ਬਾਅਦ ਸਜ਼ਾ ਹੋ ਗਈ ਸੀ 2.5 ਸਾਲ ਦੀ ਹੋਈ ਸੀ ਅੱਛਾ 2.5 ਸਾਲ ਬਾਅਦ ਅਤੇ ਜਦੋਂ ਇੱਥੇ ਆਇਆ ਰਾਸ਼ਨ ਫਿਰ ਉੱਥੋਂ ਸਾਡੇ ਇਹ ਤਾਂ ਛੋਟਾ ਸਾਰੇ ਮੇਰੇ ਭਰਾ ਆ ਗਿਆ ਸਾਡੇ 8ਵੀਂ 'ਚ ਪੜ੍ਹਦਾ ਅੱਛਾ ਇੱਥੇ ਲਾਹੌਰ ਹੀ ਰਹਿੰਦਾ ਹਾਂਜੀ 8ਵੀਂ 'ਚ ਪੜ੍ਹਦਾ ਸੀ ਅਤੇ ਆਤੇ ਪਰਦੇ ਇੱਕ ਦਾ ਸੀ ਮੈਂ ਨਹੀਂ ਅੰਮੀ ਪੜ੍ਹਨਾ ਦੋਵਾਂ ਭੈਣ ਭਰਾਵਾਂ ਡਰਾਇਆ ਵੀ ਚੱਲ ਹੋਰ ਇਹ ਡਰ ਜੇਗਾ ਫਿਰ ਆਖੇ ਕਿ ਮੈਂ ਪੜ੍ਹਨਾ ਅਤੇ ਭਰਾ ਮੇਰਾ ਨਾਲ ਲੈ ਆ ਉਹ ਇੱਥੇ ਵੀ ਆ ਗਏ ਕੋਈ ਹੁੰਦਾ ਸੀ ਇੱਥੇ ਕੰਮ ਉਹਨੇ ਸਿੱਖਿਆ ਸੀ ਇੱਥੇ ਹੀ ਹੁੰਦਾ ਸੀ ਆਪਣੇ ਘਰ ਸਹੀ ਠੀਕ ਠਾਕ ਸਦਾ ਵੀ ਨਹੀਂ ਇਹ ਕਰਾਉਂਦਾ ਕਦੀ ਤਿੰਨ ਤਿੰਨ ਚੌਂ ਚੌਂ ਮਹੀਨੇ ਜਾਣਾ ਵੀ ਕੋਈ ਇਹ ਜਿਹਾ ਡਰ ਜਾਏਗਾ ਤਾਂ ਕਿ ਮੈਂ ਪੜ੍ਹਨਾ ਉੱਥੇ ਹੀ ਇਹਦੇ ਕੋਲ ਹੀ ਰਹਿੰਦਾ ਹੁੰਦਾ ਤੁਸੀਂ ਬਾਅਦ 'ਚ ਫਿਰ ਇੱਧਰ ਆਏ ਹਾਂਜੀ ਫਿਰ ਤੁਹਾਡੇ ਨਾਲ ਜਦੋਂ ਫਿਰ ਸਾਡੀ ਲੜਾਈ ਹੋਈ ਹੈ ਫਿਰ ਸਾਰੇ ਮੇਰੇ ਦਿਓਰ ਦਿਓਰ ਵੀ ਆ ਗਏ ਸਾਰੇ ਆ ਗਏ ਤੁਹਾਨੂੰ ਪਤਾ ਸੀ ਖਾਨਦਾਨੀ ਦੁਸ਼ਮਣ ਇਹਨਾਂ ਨੇ ਮਤਲਬ ਕਰ ਲਈ ਸਾਨੂੰ ਤਾਂ ਮੁਖੀਆਂ ਜਿਨ੍ਹਾਂ ਦਿਆਣਾ ਦਿਆਣ ਵੀ ਆਈ ਜੇ ਇਹਨਾਂ ਨੂੰ ਆਪਣਿਆਂ ਨੂੰ ਮਾਰ ਸਕਦੇ ਹਾਂ ਅਤੇ ਮਰਵਾ ਸਕਦੇ ਹਾਂ ਇਹਨਾਂ ਕੋਲ ਕਿਸੇ ਕੋਲ ਨਹੀਂ ਇਹਨਾਂ ਨੂੰ ਮਰਵਾ ਸਕਦੇ ਹਾਂ ਇਹਨਾਂ ਨੂੰ ਕਿਸੇ ਕੋਲ ਵੀ ਮਰਵਾ ਸਕਦੇ ਹਾਂ ਅਸੀਂ ਜਦੋਂ ਅਸੀਂ ਨਾਂ ਲੈਂਦੇ ਹਾਂ ਕਿ ਇਹਨਾਂ ਸਾਡੇ ਪੁੱਤਰ ਨੇ ਨਜਾਇਜ਼ ਕਰਵਾਈ ਹੈ ਸਾਡੇ ਪੁੱਤਰਾਂ ਵੀ ਨਜਾਇਜ਼ ਮਰਵਾਉਣ ਦੇ ਨਾਂ ਪਾਇਆ ਨੇ ਕਤਲ ਮੇਰੇ ਪੁੱਤਰ 'ਤੇ ਨਜਾਇਜ਼ ਕਤਲ ਪਾ ਦਿੱਤਾ ਨੇ ਕੀਤੀਆਂ ਇਹਨਾਂ ਦੀਆਂ ਮੇਰੇ ਪੁੱਤਰਾਂ ਨੂੰ ਐਵੇਂ ਵਿੱਚ ਸੁਝਾਅ ਦਵਾ ਦਿੱਤੇ ਉਹਨਾਂ ਹੱਥ ਮੁੱਠੀਆਂ ਲਾਉਣ ਡਿਆ ਪੈਂਦੇ ਆ ਉਹਨੂੰ ਆਉਂਦੇ ਹਾਂ ਵੀ ਇਸੇ ਤਰ੍ਹਾਂ ਕਰੋਗੇ ਤਾਂ ਅਸੀਂ ਤੁਹਾਨੂੰ ਸਾਰਿਆਂ ਨੂੰ ਮਾਰ ਚੜਾਂਗੇ ਹਾਲੇ ਵੀ ਧਮਕੇ ਦੇ ਰਹੇ ਨੇ ਅਜੇ ਵੀ ਦਿੰਦੇ ਨੇ ਮੇਰੇ ਦਿਓਰ ਦੇ ਬੱਚੇ 2 ਪੜ੍ਹਦੇ ਨੇ ਉੱਥੇ ਗੁਜਰਾਂ ਵਾਲੇ ਆਪਣੀ ਨਾਨੀ ਕੋ ਉਹਦੇ ਮਗਰ ਟੁਰ ਗਏ ਉਹਨੇ ਅਗਵਾ ਕਰ ਉਹਦੇ ਬੱਚਾ ਸ਼ਿਆਰ ਅਗਵਾ ਕਰਨ ਦੀ ਮੇਰਾ ਜਿਹੜਾ ਨਾ ਛੋਟਾ ਭਾਈ ਉਹਦੇ ਬੱਚੇ ਗੁਜਰਾਂ ਵਾਲੇ ਦੋਵੇਂ ਪੜ੍ਹਦੇ ਉਹ ਛੋਟਾ ਬੱਚਾ ਸੁਬਾਹ ਸਕੂਲ ਜਾ ਰਿਹਾ ਸੀ ਥੋੜ੍ਹੇ ਦਿਨ ਹੋਏ ਮਗਰ ਜਾ ਕੇ 2 ਜਣੇ ਮੋਟਰਸਾਈਕਲ ਤੇ ਆਉਣ ਦੀ ਅਸੀਂ ਰਬੜ ਦਵਾਈ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਉਹ ਅੰਦਰ ਦੌੜ ਕੇ ਸਕੂਲ 'ਚ ਵੜ ਗਿਆ ਬਾਹਰ ਖੜੇ ਰਹੇ ਅੱਛਾ ਉਹ ਖਿੜਕੀ ਥਾਣੀ ਦੇਖਦਾ ਰਿਹਾ ਬਾਹਰ ਪਿੱਛੇ ਖੜੇ ਨੇ ਯਾਨੀ ਮੁਕੰਮਲ ਪਿੱਛਾ ਕਰ ਰਹੇ ਹਾਂਜੀ ਉਹਨਾਂ ਇੱਕ ਨੂੰ ਪਹਿਚਾਣ ਵੀ ਲਿਆ ਉਹ ਨਾਮਜ਼ਦ ਹਾਂ ਉੱਥੇ ਜਿਹੜੀ ਦਰਖਾਸਤ ਦਿੱਤੀ ਅੱਛਾ ਹਾਂਜੀ ਅਤੇ ਉਹ ਗ੍ਰਿਫਤਾਰੀ ਕੋਈ ਨਹੀਂ ਹੋਈ ਗ੍ਰਿਫਤਾਰੀ ਉਹਦੀ ਕੋਈ ਨਹੀਂ ਉਹਨਾਂ ਕਿਹਾ ਜੀ ਪਰਚਾ ਨਹੀਂ ਅਸੀਂ FIR ਨਹੀਂ ਕੱਟਣੀ ਦਰਖਾਸਤ ਵੀ ਦੇ ਦਿੱਤੀ ਬਸ ਭਾਈ ਉਵੇਂ ਜਾਂਦੇ ਹਾਂ ਵੇਖ ਕੇ ਤੇ ਆ ਜਾਂਦੇ ਹਾਂ ਨਾ ਬੰਦੇ ਰਾਸ਼ਨ ਨੂੰ ਮਿਲਣ ਕਦੇ ਕੋਈ ਵੀ ਨਹੀਂ ਆਇਆ ਰਾਸ਼ਨ ਨੂੰ ਮਿਲਣ ਤੋਂ ਦੀ ਕੋਈ ਦੋਸਤ ਨਹੀਂ ਸੀ ਉਹਦਾ ਕੋਈ ਦੋਸਤ ਨਹੀਂ ਸੀ ਤੇ ਮਲਕ ਫਾਰੂਕ ਦਾ ਵੀ ਕਦੇ ਜ਼ਿਕਰ ਨਹੀਂ ਕੀਤਾ ਰਾਸ਼ਨ ਨੇ ਮਲਕ ਫਾਰੂਕ ਦਾ ਜ਼ਿਕਰ ਕਰਦਾ ਸੀ ਕਿ ਮੇਰਾ ਫਲਾਣਾ ਦੋਸਤ ਹੈ ਫਲਾਣਾ ਲੇਕਿਨ ਤੁਸੀਂ ਨਹੀਂ ਪੁੱਛਿਆ ਕਿਹੜੀ ਜਗ੍ਹਾ ਦਾ ਮੈਂ ਅੱਜ ਨਰਵਾਲ ਦਾ ਅੱਛਾ ਉਹਦਾ ਨਰਵਾਲ ਦਾ ਦੋਸਤ ਹੈ ਨਾ ਜ਼ਿਕਰ ਕਰਦਾ ਹੁੰਦਾ ਕਿ ਮੇਰਾ ਦੋਸਤ ਹੈ ਦੂਸਰੇ ਵੀ ਦੋਸਤ ਨੇ ਲੇਕਿਨ ਸਾਨੂੰ ਇਹ ਯਕੀਨ ਹੀ ਨਹੀਂ ਸੀ ਕਿ ਸਾਡੇ ਪੁੱਤਰ ਨਾਲ ਕਿਉਂਕਿ ਕਿਸੇ ਲੜਾਈ ਸਾਡੇ ਵਹਿਮੋ ਗੁਮਾਨ 'ਚ ਨਹੀਂ ਸੀ ਕਿਉਂਕਿ ਰਾਸ਼ਨ 'ਤੇ ਲੜਾਈ ਨਹੀਂ ਹਾਂਜੀ ਮੈਂ ਛੋਟਾ ਜਿਹਾ ਹੀ 12 ਸਾਲਾਂ ਲਈ ਮੈਂ ਇੱਥੇ ਲੈਂਦਾ ਸੀ ਕਿਸੇ ਨੂੰ ਮੈਂ ਮਿਲਣੇ ਨਹੀਂ ਦਿੱਤਾ ਕਦੀ ਮੈਂ ਉਹਨੂੰ ਮਤਲਬ ਕਿ ਬਾਹਰ ਜਾਣ ਆਉਣ ਦਿੱਤਾ ਸਵੇਰੇ ਕੰਮ 'ਤੇ ਲੈ ਕੇ ਜਾਂਦਾ ਤਾਂ ਸ਼ਾਮੀ ਮੈਂ ਉਹਨੂੰ ਕੰਮ 'ਤੇ ਲੈ ਕੇ ਅਤੇ ਪੋਸਟਮਾਰਟਮ ਰਿਪੋਰਟ ਕੀ ਆਈ ਹੈ ਪੋਸਟਮਾਰਟਮ ਰਿਪੋਰਟ 'ਤੇ ਉਹੀ ਆਇਆ ਕਿ 2 ਫਾਇਰ ਲੱਗੇ ਨੇ 2 ਫਾਇਰ ਸੀਨੇ 'ਚ ਮਾਰੇ ਨੇ ਨਹੀਂ ਜੀ ਇੱਕ ਦਿਮਾਗ 'ਚ ਵੱਜਿਆ ਇੱਕ ਇੱਥੇ ਖੋਪੜੀ ਦਾ ਇਸ ਹੀ ਉਹਦੇ ਪਿਓ ਨੂੰ ਮਾਰੇ ਨੇ ਇੱਕ ਦਿਮਾਗ 'ਚ ਮਾਰਿਆ ਇੱਕ ਇੱਥੇ ਮਤਲਬ ਕਿ ਮਾਰਿਆ 2 ਫਾਇਰ ਉਹਦੇ ਜਿਵੇਂ ਉਹਦੇ ਪਿਓ ਨੂੰ ਮਾਰੇ ਨੇ ਉਵੇਂ ਇਹਨੂੰ ਮਾਰੇ ਨੇ ਸਾਡੇ ਦੁਸ਼ਮਣ ਉਹ ਹੀ ਨੇ ਕਿਸੇ ਨਾਲ ਸਾਡੀ ਕੋਈ ਲੜਾਈ ਨਹੀਂ ਕਿਸੇ ਮਾੜੇ ਚੰਗੇ ਬੰਦੇ ਨਾਲ ਮਾੜੀ ਚੰਗੀ ਗੱਲ ਕੋਈ ਨਹੀਂ ਯਾਨੀ ਉਹਨਾਂ ਨੇ ਰਾਸ਼ਿਦ ਦੇ ਵਾਲਿਦ ਨੂੰ ਵੀ 2010 'ਚ ਮਾਰਿਆ 2017 'ਚ ਹਾਂਜੀ 2017 'ਚ ਮਾਰਿਆ ਹਾਂਜੀ ਅਤੇ ਇਹਨੂੰ 18 'ਚ ਮਾਰਿਆ ਇਹਨੂੰ 18 'ਚ ਮਾਰਿਆ ਜਦੋਂ ਇਹ ਮਾਮਲਾ ਹੋਇਆ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਥਰੂ ਤੁਹਾਨੂੰ ਪਤਾ ਚੱਲਿਆ ਕਿਸੇ ਨੇ ਤਸਵੀਰ ਤੁਹਾਨੂੰ ਭੇਜੀ ਸੀ ਜੀ ਅੱਛਾ ਫਿਰ ਉਸ ਤੋਂ ਬਾਅਦ ਅਸੀਂ ਥਾਣੇ ਗਏ ਹਾਂ ਅਤੇ ਉੱਥੇ ਉਹਨਾਂ ਨੇ ਜਾ ਕੇ ਅਸੀਂ ਪੁੱਛਿਆ ਅਤੇ ਉਹਨਾਂ ਨੇ ਕਿਹਾ ਅਤੇ ਅਸੀਂ ਇੱਥੇ ਐਲਾਨ ਕਰਵਾਉਂਦੇ ਰਹੇ ਹਾਂ ਲਾਸ਼ਾਂ ਨੂੰ ਜਿਹੜੀ ਮਿਲੀ ਹੈ ਤਸਵੀਰਾਂ ਵੀਡੀਓ ਬਣਾਈ ਜਨਾਜ਼ੇ ਦੀ ਵੀ ਵੀਡੀਓ ਬਣਾਈ ਉਹਨਾਂ ਇੱਕ ਦਿਨ 'ਚ ਹੀ ਉਹਨਾਂ ਨੇ ਉੱਥੇ ਦਫਨਾ ਦਿੱਤਾ ਅਮਾਨਤਨ ਦਫਨਾ ਦਿੱਤਾ ਅੱਛਾ ਰਾਸ਼ਿਦ ਨੇ ਕਦੇ ਤੁਹਾਨੂੰ ਪਹਿਲੇ ਦੱਸਿਆ ਕਿ ਕਿਸੇ ਨੇ ਉਹਨੂੰ ਉਹਦਾ ਪਿੱਛਾ ਕੀਤਾ ਹੈ ਜਾਂ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਉਹਨੂੰ ਧਮਕੀ ਦਿੱਤੀ ਹੈ
ਦਫਤਰ ਚ ਦੱਸਿਆ ਸ਼ਬਾਜ ਨੇ ਕੇ ਸਾਲ ਹੋਇਆ ਸੀ ਇਹਦੇ ਮਗਰ ਲਾਇਆ ਮੈਂ ਫਿਰ ਗਿਆ ਮੈਂ ਕਿਹਾ ਕਮੀਨੇ ਅੱਜ ਸੱਚੀ ਗੱਲ ਮਿਲੀ ਸ਼ਬਾਜ ਕੌਣ ਸ਼ਬਾਜ ਉਹਨਾਂ ਮੁੰਡਿਆਂ ਦਾ ਮਾਮਾ ਇਹਨਾਂ ਦੇ ਸਹੁਰਾ ਦੋ ਧੀਆਂ ਉਹਨੂੰ ਦੇ ਕੇ ਰਿਸ਼ਤੇਦਾਰ ਬਣ ਗਏ ਵੱਡੇ ਨੇ ਪੈਸੇ ਲਾ ਕੇ ਉਹਨਾਂ ਦਾ ਬਣ ਗਿਆ ਸੱਕਾ ਤੇ ਸਾਡੀ ਦੁਸ਼ਮਣੀ ਪਵਾ ਛੜੀ ਅੱਛਾ ਕਾਫੀ ਅਰਸੇ ਤੋਂ ਉਹਨੂੰ ਮਗਰ ਲਾਇਆ ਸੀ ਮਲਕ ਫਾਰੂਕ ਨੂੰ ਸਵੇਰੇ ਉੱਠਦਾ ਸੀ ਤੇ ਨਾਲ ਕੰਮ ਤੇ ਖੜਦਾ ਸੀ ਉਹ ਕਦੀ ਫਾਲਤੂ ਨੇ ਫਿਰਨ ਹੀ ਨਹੀਂ ਕੇਮ ਦਿੱਤਾ ਕੰਮ ਕੀ ਕਰਦਾ ਸੀ ਰਾਸ਼ਨ ਲੱਕੜੀ ਦਾ ਕਰਦਾ ਸੀ ਦਰਵਾਜ਼ੇ ਵਗੈਰਾ ਦਾ ਹਾਂ ਦਰਵਾਜ਼ੇ ਜਿਹੜੇ ਅਸ਼ੋਕ ਕੇ ਜ਼ਮਾਨੇ ਨੇ ਕੁਛ ਨਹੀਂ ਅੱਛਾ ਕਦੇ ਉਹਦੀ ਕੋਈ ਲੜਾਈ ਨਹੀਂ ਹੋਈ ਕਿਸੇ ਨਾਲ ਮੇਰਾ ਪੁੱਤਰ ਕਦੇ ਕਿਸੇ ਨਾਲ ਨਹੀਂ ਸੀ ਲੜਿਆ ਕਦੇ ਉਹਨੂੰ ਧਮਕੀ ਵੀ ਨਹੀਂ ਮਿਲੀ ਉਹਨਾਂ ਦੀ ਤਰਫੋਂ ਕਦੇ ਰਾਸ਼ਨ ਨੇ ਤੁਹਾਨੂੰ ਦੱਸਿਆ ਹੋਵੇ ਰਾਸ਼ਨ ਤੁਹਾਡੇ ਕੋਲ ਰਹਿੰਦਾ ਰਿਹਾ ਸੀ ਨਹੀਂ ਉਹ ਆਪਣੇ ਮਾਮੂ ਕੋਲ ਰਹਿੰਦਾ ਅੱਛਾ ਮਾਮੂ ਕੋਲ ਰਹਿੰਦਾ ਰਿਹਾ ਇਹਦੇ ਬਾਰੇ ਤੁਸੀਂ ਫਿਰ ਬਾਅਦ 'ਚ ਆ ਗਏ ਸਾਡੇ ਠੀਕ ਹੈ ਪਤਾ ਸੀ ਕਿ ਰਾਸ਼ਿਦ ਮਤਲਬ ਇੱਥੇ ਰਹਿ ਰਿਹਾ ਕਿਹਦੇ ਨਾਲ ਜਾਂਦਾ ਹੈ ਕਿਹਦੇ ਨਾਲ ਆਉਂਦਾ ਹੈ ਹਾਂਜੀ ਮਾਮੂ ਕੋ ਹੁੰਦੇ ਹਨ ਤੇ ਮਾਮੂ ਦੇ ਨਾਲ ਹੀ ਆਉਂਦੇ ਜਾਂਦੇ ਹਨ ਕੰਮ ਤੇ ਉਸ ਤੋਂ ਇਲਾਵਾ ਕਿਤੇ ਨਹੀਂ ਜਾਂਦੇ ਹੈ ਮੈਂ ਅੱਛਾ ਤੇ ਹੁਣ ਤੁਸੀਂ ਇਕੱਲੇ ਹੋ ਮਤਲਬ ਵਾਲਦਾ ਦੀ ਦੇਖਭਾਲ ਕਰਨ ਵਾਸਤੇ ਹਾਂਜੀ ਹੋਰ ਸਾਡਾ ਕੋਈ ਸਹਾਰਾ ਨਹੀਂ ਹੈ ਤੇ ਤੁਸੀਂ ਵੀ ਗਏ ਸੀ ਥਾਣੇ ਨਹੀਂ ਤੇ ਇੱਕ ਭਾਈ ਰਾਸ਼ਿਦ ਦਾ ਹੁਣੇ ਵੀ ਦੋ ਭਾਈ ਰਾਸ਼ਿਦ ਦੇ ਜੇਲ੍ਹ 'ਚ ਨੇ ਜੇਲ੍ਹ 'ਚ ਨੇ ਉਹ ਵੀ ਨਜਾਇਜ਼ ਇਹਨਾਂ ਫੜ ਗਏ ਪੈਸੇ ਚਾੜ ਗਏ ਕੰਮ ਕੀਤਾ ਮੇਰੇ ਉੱਤੇ ਲੜਾਈ ਚ ਕਿਸੇ ਹੈ ਹੀ ਨਹੀਂ ਆਪੀ ਉਹ ਭੈਣ ਜੀ ਰਾਸ਼ਿਦ ਦੀ ਕਰੇ ਮੁਹੱਲੇ ਵਗੈਰਾ ਚ ਲੜਾਈ ਨਹੀਂ ਹੋਈ ਐ ਮੁਹੱਲੇਦਾਰ ਨੇ ਮੇਰੇ ਕਿਸੇ ਕਿਸਮ ਦੀ ਮੁਹੱਲੇ ਚ ਲੜਾਈ ਨਹੀਂ ਬਲਕਿ ਘਰ ਕੀ ਰੂਟੀਨ ਕੀ ਸੀ ਰਾਸ਼ਿਦ ਦੀ ਕੀ ਰੂਟੀਨ ਸੀ ਸਰ ਸਵੇਰ ਹੀ 8 ਵਜੇ ਕੰਮ ਤੇ ਜਾਂਦੇ ਸਾਂ ਅੱਛਾ ਠੀਕ ਹੈ ਸ਼ਾਮੀ 6 ਵਜੇ 7 ਵਜੇ ਘਰ ਆਉਂਦੇ ਸਾਂ ਆ ਕੇ ਤੇ ਆਪਣਾ ਖਾਣਾ ਖਾਂਦੇ ਆ ਚ 10 ਮਿੰਟ ਜਾਂ ਅੱਧਾ ਘੰਟਾ ਟੀਵੀ ਵੇਖ ਕੇ ਤੇ ਆਪਣੇ ਸੌ ਜਾਂਦੇ ਸਾਂ ਕਿਸੇ ਮੁਹੱਲੇ ਚ ਮੁਹੱਲੇਦਾਰ ਨੇ ਮੇਰੇ ਕਿਸੇ ਨੂੰ ਐ ਮੁਹੱਲੇਦਾਰ ਪੁੱਛ ਕੇ ਵੇਖ ਲਓ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਕਿ ਬਿਨਾਂ ਕੋਈ ਬਾਹਰ ਨਾ ਕਿਤੇ ਨਾ ਘਰ ਕੋ ਲੜਾਈ ਨਾ ਬਾਹਰ ਕੋ ਲੜਾਈ ਤੁਹਾਡੇ ਕੋਲ ਵੀ ਰਾਸ਼ਿਦ ਰਹਿੰਦਾ ਰਿਹਾ ਜੀ ਤੁਸੀਂ ਹਾਂਜੀ ਮੈਂ ਉਹਦੀ ਮਾਮੀ ਹਾਂ ਹਾਂ ਤੇ ਮੇਰੇ ਕੋਲ ਰਾਸ਼ਿਦ ਰਹਿੰਦਾ ਸੀ ਛੋਟਾ ਜਿਹਾ ਆਇਆ ਸੀ ਮੈਂ ਆਪਣੇ ਪੁੱਤਰਾਂ ਤਰ੍ਹਾਂ ਉਹਨੂੰ ਪਾਲਿਆ ਸੀ ਮੇਰਾ ਪੁੱਤਰ ਸ਼ਾਮੀ 6 ਵਜੇ ਘਰ ਆਇਆ ਤੇ 6:15 ਤੁਰ ਗਿਆ ਕੱਪੜੇ ਪਾਏ ਹੋ ਆ ਕੇ ਮੈਂ ਪੁੱਛਿਆ ਮੈਂ ਕਿੱਥੇ ਚੱਲਾ ਹਾਂ ਤੇ ਆਂਦਾ ਮੈਂ ਨਾ ਮਾਮੀ ਦਾਦਾ ਸਾਹਿਬ ਚੱਲਾ ਵਾਂ ਤੇ ਮੈਂ ਕਿਹਾ ਕਦੋਂ ਆਏਗਾ ਤੇ ਆਂਦਾ ਮਾਮੀ ਕਿ ਮੈਂ ਸ਼ਾਮ ਨੂੰ ਨਾ ਆਇਆ ਤੇ ਮੈਂ ਸਵੇਰੇ ਹਰ ਸੂਰਤ ਆ ਜਾਵਾਂਗਾ ਕੰਮ 'ਤੇ ਆ ਜਾਵਾਂਗਾ ਉਹ ਨਹੀਂ ਆਇਆ ਨਾ ਸ਼ਾਮੀ ਆਇਆ ਮੈਂ ਰਾਤ ਵੇਹਦੀ ਰਹੀ ਉੱਠ ਕੇ ਮੰਜੀ ਉਹਦੀ ਖਾਲੀ ਸੀ ਸਵੇਰੇ ਮੈਂ ਇਹਨੂੰ ਕਿਹਾ ਮੈਂ ਕਿਹਾ ਰਾਸ਼ਿਦ ਨਹੀਂ ਆਇਆ ਆਂਦਾ ਅੱਛਾ ਫੋਨ ਕਰ ਲਿਆ ਉਹਦੇ ਨੰਬਰ 'ਤੇ ਫੋਨ ਕੀਤਾ ਨਹੀਂ ਆਇਆ ਫਿਰ ਇਹ ਤੁਰ ਗਏ ਕੰਮ 'ਤੇ ਫਿਰ ਦੁਪਹਿਰ ਨੂੰ ਆਏ ਨੇ ਆਂਦਾ ਆਇਆ ਮੈਂ ਕਿਹਾ ਨਹੀਂ ਆਇਆ ਮੇਰਾ ਬੱਚਾ ਸੁਬਹਾ ਜਾਂਦਾ ਸੀ ਸ਼ਾਮ ਨੂੰ ਆਉਂਦਾ ਸੀ ਨਾ ਕਦੀ ਗਲੀ ਮਹੱਲੇ 'ਚ ਕਦੀ ਬਾਹਰ ਅੰਦਰ ਖੜੋਤਾ ਹੀ ਨਹੀਂ ਸੀ ਇਹ ਉਹਨੇ ਕਿਹਾ ਕਿ ਮਾਮੀ ਮੇਰੇ ਦੋਸਤ ਦਾ ਫੋਨ ਆਇਆ ਅਤੇ ਅਸੀਂ ਦਾਦਾ ਸਾਹਿਬ ਜਾਣ ਬਸ ਇੰਨੇ ਲਫਜ਼ ਨੂੰ ਕਹਿ ਕੇ ਤੇ ਚਲੇ ਗਏ ਤੇ ਪਰਤ ਕੇ ਮੇਰਾ ਬੱਚਾ ਘਰ ਵੀ ਆਇਆ ਚੁੱਕ ਗਿਆ ਕੀ ਮੁਤਾਲਬਾ ਹੈ ਤੁਸੀਂ ਪੁਲਿਸ ਥਾਣੇ ਵੀ ਗਏ ਤੁਸੀਂ ਜੀ ਹਾਂਜੀ ਇਹ ਜਾਂਦੇ ਰਹੇ ਇਹਨਾਂ ਨੂੰ ਪਤਾ ਇਹ ਕੀ ਕਰਦੇ ਨੇ ਉੱਥੇ ਤੇ ਕੀ ਨਹੀਂ ਕਰਦੇ ਮੁਤਾਲਬਾ ਕੀ ਤੁਹਾਡਾ ਮੇਰੇ ਬੇਟੇ ਨੂੰ ਇਨਸਾਫ ਚਾਹੀਦਾ ਮੈਨੂੰ ਮੇਰੇ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਕਿ ਮੇਰਾ ਬੇਟਾ ਬੇਗੁਨਾਹ ਸੀ ਮੇਰੇ ਬੇਟੇ ਨੂੰ ਘਰੋਂ ਖੜਿਆ ਗਿਆ ਹੈ ਉਹਨੇ ਕਿਹਾ ਮਾਮੀ ਉਹਨੇ ਪਾਣੀ ਦਾ ਇੱਕ ਗਲਾਸ ਪੀਤਾ ਮਾਮੀ ਮੈਨੂੰ ਪਾਣੀ ਦਾ ਪਾਣੀ ਦਿੱਤਾ ਮੈਂ ਕਿਹਾ ਰੋਟੀ ਨਹੀਂ ਖਾਣੀ ਇਹਨੇ ਮਾਮੀ ਦਾਤਾ ਸਾਹਿਬ ਜਾ ਕੇ ਖਾਵਾਂਗੇ ਬਸ ਇੰਨੀ ਗੱਲ ਕਰਕੇ ਤੇ ਚਲਾ ਗਿਆ ਤੁਹਾਡਾ ਕੀ ਮੁਤਾਲਬਾ ਜੀ ਤੁਹਾਡਾ ਮੁਤਾਲਬਾ ਜੀ ਏ ਜੀ ਪੰਜਾਬ ਦਾ ਕੋਲ ਮੁਤਾਲਬਾ ਕਿ ਸਾਨੂੰ ਇਨਸਾਫ਼ ਮਿਲਿਆ ਜਾਏ ਚੀਫ ਜਸਟਿਸ ਸਾਹਿਬ ਕੋਲ ਮੁਤਾਲਬਾ ਸਾਡਾ ਕਿ ਸਾਨੂੰ ਇਨਸਾਫ਼ ਦਿੱਤਾ ਜਾਏ ਅਸੀਂ ਬੜੇ ਗਰੀਬ ਜਿਹੇ ਬੰਦੇ ਹਾਂ ਆਪਣਾ ਇਮਰਾਨ ਸਾਹਿਬ ਇਮਰਾਨ ਖਾਨ ਸਾਹਿਬ ਕੋਲ ਵੀ ਅਪੀਲ ਦੇ ਕਰਦੇ ਹਾਂ ਕਿ ਸਾਨੂੰ ਸਾਥ ਦਿੱਤਾ ਜਾਏ ਅਸੀਂ ਬਹੁਤ ਗਰੀਬ ਬੰਦੇ ਹਾਂ ਅਸੀਂ ਇੰਨੇ ਜੋਗੇ ਨਹੀਂ ਹੈਗੇ ਅਸੀਂ ਕੇਸਾਂ ਜੋਗੇ ਨਹੀਂ ਹੈਗੇ ਤਾਂ ਬੜਾ ਮਿਹਰਬਾਨੀ ਕਰਕੇ ਬੜੀ ਬੜੀ ਅਪੀਲ ਕਰਦੇ ਹਾਂ ਕਿ ਸਾਨੂੰ ਸਾਥ ਦਿੱਤਾ ਜਾਏ ਤਸਵੀਰ ਆਈ
ناظرین یہ کچھ اس طرح سے واقعہ تھا کہ ناروال میں ان کی کسی جگہ پہ لڑائی ہوئی اور دو خاندانوں کی لڑائی تھی جس میں راشد وغیرہ کو گھسیٹا گیا راشد کے دو بھائی ایک راشد سے بڑا اور ایک چھوٹا ان کو قید بھی ہوئی ہوئی ہے اور بقول ان کے کہ ان کو قید جو ہے وہ میرٹ پہ نہیں دی گئی بلکہ ان کے ساتھ انصاف نہیں ہوا اس کے بعد راشد تو شروع سے اپنے ماموں کے پاس تھا کیونکہ جھگڑوں سے دور اس کو لے کر آنا چاہتے تھے جب راشد کو یہاں پر لے آیا گیا تو راشد کے پیچھے وہ لوگ بھی آ گئے اور انہوں نے راشد کی پوری ریکی کی اور اس کے بعد جو ہے وہ اسے بھی قتل کر دیا ہمارے رپورٹر افضل ہمارے ساتھ موجود ہے جنہوں نے اس سٹوری کو جو ہے وہ کور کیا افضل کیا ماجرا تھا اور کیا چیز سامنے آئی اسٹارٹ میں اور اب کہاں تک پہنچا معاملہ اسٹارٹ میں یہ ہے کہ یہ بیسکلی ناروال کے رہائشی ہیں ان کی ادھر کوئی کرکٹ کھیلنے کے تنازع پہ جھگڑا ہوا تو بقول ان کے جو ہم نے انویسٹیگیشن کی اس کے مطابق کہ ان کو میرٹ پہ سزا نہیں ہوئی لڑائی کسی اور کی تھی اور ڈال ان لوگوں پہ دی گئی ان کے دو بیٹے جو رضیہ بی بی ہیں جو مدعی ہیں اس مقدمے کی رضیہ بی بی اس کے دو بیٹے یہ راشد کی والدہ ہیں یہ راشد کی والدہ ہیں راشد کی والدہ کے دو بیٹے ہیں جو وہ کولہاپور جیل میں سزا یافتہ ہیں ان کی اپیلیں زیر سماعت ہیں عدالت عظمیٰ میں اپیلیں زیر سماعت ہیں اس کے بعد دو ہزار یہ تقریباً ایک سال قبل اس کے والد کو تھانہ باغبان پورہ کی حدود میں جیسے ہی راشد کا اس کے والد کو دو گولیاں ماری گئیں سر میں ماری گئی اسی طرح ہی راشد کا مرڈر ہوا جو پولیس نے بتایا کہ جی راشد کا مرڈر بھی دو گولیاں لگی ہیں جب وہ گھر سے گیا تو اس کے پاس موٹر سائیکل تھی بقول فیملی کے بقول پولیس کے کہ ان کے اس کے پاس لائسنسی پسٹل تھا وہ موٹر سائیکل خریدنے کے لیے اپنے دوست ملک فاروق نامی شخص کے ساتھ گیا اس کی بار بار کال آ رہی تھی کہ آؤ میرے ساتھ چلو موٹر سائیکل خریدنی ہے کچھ لوگوں نے اسے جاتے ہوئے بھی دیکھا راوی پل پہ ان کے کوئی ریلیٹیو ہیں جو انہوں نے بھی دیکھا تو ادھر تھانہ گرین ٹون نے تو ان کی کوئی ہیلپ نہیں کی یہ انپور لوگ تھے تو ابھی تھانہ فاروق آباد میں مقدمہ ابھی تھانہ فاروق آباد فاروق آباد کی حدود سے لاش برامد حدود سے برامد ہوئی اس وقت پہلے تفتیشی تھے جو انیس احمد تھے وہ تفتیش کر رہے تھے اس کے بعد وہ اس کو سسپینڈ کر دیا گیا اس کے بعد اب نئے تفتیشی ملک شبیر ہیں وہ آئے ہیں وہ تفتیش کر رہے ہیں اور اس کے دو ملزمان پکڑے گئے ہیں اور دو سہولت کار پکڑے گئے ہیں انہوں جنہوں نے ایکسیپٹ بھی کیا ہے کہ جو ویپن تھا وہ ملک فاروق اپنے بہنوئی کے گھر رکھ کے گیا اس کے پاس جو موٹر سائیکل تھا جو 25,000 روپے لے کے گیا تھا اس کو کچھ پتا چلا نہیں پسٹل بھی تھا ان کے پاس اس کے پاس پسٹل بھی تھا پولیس کے بقول پولیس کے اس کی ڈیڈ باڈی کے قریب ہمیں کوئی چیز برآمد نہیں ہوئی کسی قسم کی کوئی چیز نہیں ہمیں ٹھیک ہے یہ زیادتی کی گئی انتہائی اور جس طریقے سے مرڈر کیا گیا پولیس معاملے کو جو ہے وہ اس کی تفتیش کر رہی ہے اور کچھ لوگ بھی پکڑے گئے ہیں ڈی پی او دے اگے آئی جی اگے میری خاص چیف جسٹس دے اگے میری اپیل ہے کہ ہمیں انصاف دلایا جائے میرے بھائی دا میرے باپ دا تے جڑے میرے بھائی دو اندر نے انہاں دے بھی انہاں نوں انصاف مہیا کیتا جائے تہاڈی کی اپیل ہے جی تھانے تو تسی جاندے ہو کوئی پولیس تعاون نہیں کر رہی نہیں اودن ہاڈے کولوں مجرم جڑا میرا نکل گیا اچھا جڑا پیسے انہاں تے لان دے خرچ کرن دے کیڑا مجرم ہو رحمت اللہ اچھا اے بھی نامزاد ہے تم ہی نکل گیا پولیس نے نہیں پکڑیا میں اوندے بیٹھی رہی ہاں میں کہ کڑی لگے گی میں تا جا میرا سپاہی تھی آدھی تھی رہے دو جوائی بنا لے نے پنے رہے اور چنگے پڑ گئے نے پیسے لا رہے نے میرا دنیا دے کوئی سہارا نہیں رہ گیا میرا چھوٹا جا پتر انہیں بھی تمکیاں لاتے نے ادھر پنڈ سارے تماشے نے شہری نے بھی چوک لیا ہن جڑے دو بندے پکڑے گئے نے ہاں جی او تہاڈے ملزم نہیں نال سی او وہ ماما ہے انہیں دو تیاں دیتیاں نے نالے وہ نالے انہوں نے چھپائی دائی تیرے ہم تو لادا کے ساری کر لے فاروق دا نہیں پتا چلیا نہیں فاروق دا ایک کون نے جی دو جڑے پکڑے گئے نے ਜਿਨ੍ਹਾਂ ਨਾਲ ਸਾਡਾ ਅਮਜਦ ਅਲੀ ਸੀ ਨਾ ਜਿਹੜਾ ਉਹਨਾਂ ਨਾਂ ਸਾਡਾ ਲਾਇਆ ਕਿ ਇਹ ਮਰਡਰ ਹੋਇਆ ਤੁਹਾਡੇ ਇੱਕ ਉਹਦਾ ਸਾਲਾ ਤੇ ਮੁੰਡਿਆਂ ਦਾ ਮਾਮਾ ਉਸ ਤੋਂ ਬਾਅਦ ਇੱਕ ਜਿਹੜਾ ਬੇਟਾ ਫੜਿਆ ਉਹ ਰਹਿਣਾ ਰਹਿਮਤੁੱਲਾ ਦਾ ਬੇਟਾ ਤੇ ਦੋ ਮਲਕ ਫਾਰੂਕ ਦਾ ਵਾਲਦ ਤੇ ਇੱਕ ਉਹਦਾ ਬੈਨ ਹੋਈ ਫੜਿਆ ਅੱਛਾ ਹਾਂਜੀ ਤੇ ਮਲਕ ਫਾਰੂਕ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਾ ਉਸ ਤੋਂ ਬਾਅਦ ਨੰਬਰ ਹੀ ਬੰਦ ਹੋ ਗਿਆ ਨੰਬਰ ਬੰਦ ਹੈ ਅੱਛਾ ਪੁਲਿਸ ਹੁਣ ਉਹਨਾਂ ਨੂੰ ਦਿਨ ਕਾਫੀ 8-10 ਦਿਨ ਹੋ ਗਏ ਨੇ ਉਹਨਾਂ ਨੂੰ ਕੋਈ ਨਹੀਂ ਤਸ਼ੱਦਦ ਵਗੈਰਾ ਵੀ ਕੋਈ ਨਹੀਂ ਕੀਤਾ ਨਾ ਉਹਨਾਂ ਨੂੰ ਕਹਿੰਦੇ ਹੀ ਨਹੀਂ ਵੀ ਇੱਥੇ ਲਾਹੌਰ ਰਹਿੰਦੇ ਨੇ ਉਹ ਰਾਇਸ਼ ਉਹਨਾਂ ਦੀ ਮੁੰਡਿਆਂ ਦੀ ਲਾਹੌਰ ਅਜੇ ਤੱਕ ਇੱਥੇ ਲੈ ਕੇ ਨਹੀਂ ਆਏ ਪਕੜੇ ਨਹੀਂ ਪਕੜੇ ਛਾਪੇ ਵੀ ਨਹੀਂ ਮਾਰੇ ਛਾਪਾ ਕੋਈ ਨਹੀਂ ਮਾਰਿਆ ਅਸੀਂ ਜਾਂਦੇ ਹਾਂ ਤਾਂ ਸਾਨੂੰ ਬਸ ਇੱਧਰ ਕਦੀ ਉਹ ਡੀ ਪੀ ਓ ਕੋ ਭੇਜ ਦਿੰਦੇ ਨੇ ਕਿਹੜਾ ਤਫਤੀਸ਼ੀ ਭੇਜ ਦਿੰਦੇ ਤਫਤੀਸ਼ੀ ਪਹਿਲੇ ਤਾਂ
ਅਨੀਸ ਖਾਨ ਸੀ ਉਹਦਾ ਉਹ ਮੁਅੱਤਲ ਹੋ ਗਿਆ। ਅੱਛਾ ਹੁਣ ਨਿਆ ਕੋਈ ਤਫਤੀਸ਼ੀ ਆਇਆ ਉੱਥੇ ਮਲਕ। ਕੀ ਮੁਤਾਲਬਾ ਕੀ ਹੈ ਤੁਹਾਡਾ? ਮਲਕ ਸ਼ਬੀਰ ਮੁਤਾਲਬਾ ਕੀ ਹੈ? ਮੁਤਾਲਬਾ ਸਾਡਾ ਇਹੀ ਹੈ ਵਜ਼ੀਰ ਆਜ਼ਮ ਅੱਗੇ ਵੀ ਵਜ਼ੀਰ ਆਲਾ ਪੰਜਾਬ ਅੱਗੇ ਵੀ ਚੀਫ ਜਸਟਿਸ ਆਫ ਪਾਕਿਸਤਾਨ ਜਿਹੜੇ ਨੇ ਸਾਕਬ ਨਸਾਰ ਸਾਹਿਬ ਉਹਨਾਂ ਦੇ ਅੱਜ ਖੁਦ ਨੋਟਿਸ ਲੈ ਕੇ ਅਤੇ ਸਾਡੇ ਜਿਹੜੇ ਨੇ ਬੱਚੇ ਬਰੀ ਜਿਹੜੇ ਕਰਵਾਉਣ ਦੇਖਣਾ ਬੱਚੇ ਅੰਦਰ ਫਸੇ ਅਤੇ ਇਹ ਦੋ ਮਰਡਰ ਜਿਹੜੇ ਹੋਏ ਨੇ ਇਹਨਾਂ ਦਾ ਇਨਸਾਫ ਕੀਤਾ। राशिद की फैमिली के साथ और राशिद के साथ जो कुछ हुआ ऐसा किसी के साथ ना हो। अब फैमिली का मानना यह है कि पुलिस तफ्तीश में गैर मुनसफाना रवैया अपनाने के बजाय गैर जानबदाराना रवैया अपनाए ताकि तफ्तीश सही पैमाने पर हो सके और अदालत से भी उनको उम्मीद है कि वो भी उनके साथ इंसाफ कर पाएंगे। प्रोग्राम जुर्म अंजाम की पूरी टीम के साथ अपने मेजबान तारिक हफीज को इजाजत दीजिए। अल्लाह ने के बाद।